ਦੋਰੇ ਪਹਿਲਾਂ ਵੀ ਕੀਤੇ ਨੇ ਦੋਰਾ ਆ ਵੀ ਹੈ ਫਰੂਟ ਕਦੋਂ ਆਏਗਾ ਇਸ ਬਾਰੇ ਪਹਿਲਾਂ ਦੱਸੋ ਮੁੱਖ ਮੰਤਰੀ ਸੀਗੇ ਜਾਂ ਜਿਹੜੀਆਂ ਸਰਕਾਰਾਂ ਸੀ ਉਹ ਇਮਾਨਦਾਰ ਨਹੀਂ ਸੀਗੀਆਂ ਉਹਨਾਂ ਦਾ ਧਿਆਨ ਸਿਰਫ ਤੇ ਸਿਰਫ ਆਪਣੇ ਢਿੱਡ ਭਰਨ ਵੱਲ ਸੀ ਕਈ ਤਾਂ ਹਿੱਸੇ ਮੰਗਣ ਲਈ ਵੀ ਬਹੁਤ ਮਸ਼ਹੂਰ ਹੈਗੇ ਆ ਉਸੇ ਸਾਹ ਨਾਲ ਜਿਹੜੀ ਕਰਪਸ਼ਨ ਹੈਗੀ ਹੈ ਬਹੁਤ ਜ਼ਿਆਦਾ ਵਧੀ ਹੋਈ ਸੀਗੀ ਇੰਡਸਟਰੀਆਂ ਤੋਂ ਉਗਰਾਈ ਕੀਤੀ ਜਾਂਦੀ ਸੀ ਪੈਸੇ ਮੰਗੇ ਜਾਂਦੇ ਸੀ ਔਰ ਉਹਨਾਂ ਦੇ ਡਿਵੈਲਪਮੈਂਟ ਲਈ ਉਹਨਾਂ ਦੇ ਬਿਜ਼ਨਸ ਨੂੰ ਬਚਾਣ ਲਈ ਆਗੇ ਵਧਾਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ ਜਿਸ ਕਰਕੇ ਇੰਡਸਟਰੀ ਜ਼ਿਆਦਾਤਰ ਪੰਜਾਬ ਚੋਂ ਪਲਾਇਨ ਕਰ ਗਈ ਸੀ ਭੱਜ ਗਈ ਸੀ ਜਿਹੜੀ ਜ਼ੀਰਾ ਸ਼ਰਾ ਫੈਕਟਰੀ ਵਾਲੀ ਪਿੰਡਾਂ ਵਾਲੇ ਵੀ ਆਪਦੀ ਥਾਂ ਤੇ ਠੀਕ ਨੇ ਉਹ ਇੰਡਸਟਰੀ ਵਾਲਾ ਵੀ ਆਪਦੀ ਥਾਂ ਤੇ ਠੀਕ ਹੈ ਪਰ ਦੋਨੋਂ ਆਪਣੇ ਆਪਣੇ ਤਰ੍ਹਾਂ ਠੀਕ ਹੈ ਕਿਉਂਕਿ ਉਹਨਾਂ ਦੇ ਕੋਲ ਕਾਗਜ਼ ਨਹੀਂ ਸਾਰੀਆਂ ਪ੍ਰੋਬਲਮਾਂ ਨੇ ਭਾਵੇਂ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਲਈਆਂ ਜੀ ਪਰ ਉਹ ਤਰੀਕਾ ਗਲਤ ਹੋ ਸਕਦਾ ਲੇਕਿਨ ਜਿਹੜਾ ਕਾਗਜ਼ ਹੈ ਉਹ ਤਾਂ ਅਸਲੀ ਹੈ ਨਾ ਜੀ ਪਰ ਅੱਜ ਇਹੋ ਜਿਹਾ ਮਾਹੌਲ ਦੇਖ ਕੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਮੈਸੇਜ ਵੀ ਜਾਂਦਾ ਹੈ ਬਾਕੀ ਇੰਡਸਟਰੀ ਕਿਵੇਂ ਜਿਗਰਾ ਕਰ ਲੈਣੀ ਹੈ ਕਿਧਰੇ ਨਾ ਕਿਧਰੇ ਕਿਸੇ ਨਾ ਕਿਸੇ ਦੀ ਕੋਤਾਹੀ ਤਾਂ ਹੈ ਜਿਸ ਕਰਕੇ ਉਸ ਇਲਾਕੇ ਦੇ ਲੋਕ ਜਿਹੜੇ ਹੁਣ ਸਫਰ ਕਰ ਰਹੇ ਹੈਗੇ ਦਖਾਵੇ ਲਈ ਕਹਿ ਸਕਦੇ ਆ ਪਾ ਕਿ ਅਸੀਂ ਪੰਜਾਬ ਦੇ ਹੈਗੇ ਆ ਪਰ ਜ਼ਿਆਦਾ ਪ੍ਰੋਡਕਸ਼ਨ ਪਿਆਰ ਤੇ ਯੂਪੀ ਵਾਲੇ ਪਾਸੋਂ ਚੱਲ ਰਹੀ ਹੈ ਤੁਸੀਂ ਦੇਖੋ ਕਿ ਅਸੀਂ 20000 ਨੌਕਰੀਆਂ ਆਲਰੇਡੀ ਦੇ ਚੁੱਕੇ ਆ ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕਾ ਕਰ ਰਹੇ ਆ 35000 ਨੂੰ ਅਸੀਂ ਪੱਕਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਹਾਂ ਸੁਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪੀਉਣ ਦਾ ਬੇ ਚੋਣਾਂ ਤੋਂ ਪਹਿਲਾਂ ਬੇਰੋਜ਼ਗਾਰੀ ਬੜਾ ਵੱਡਾ ਮੁੱਦਾ ਤੇ ਉਸ ਮੁੱਦੇ ਤੇ ਫਿਰ ਰੋਜ਼ਗਾਰ ਦੀ ਨਾਰਾ ਲਾਣ ਵਾਲੀ ਆਮ ਆਦਮੀ ਪਾਰਟੀ ਉਦੋਂ ਨਾਰਾ ਲਾਂਦੀ ਹੈ ਤੇ ਆਖਰਕਾਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਂਦੀ ਹੈ ਤੇ ਹੁਣ ਉਸੇ ਰੋਜ਼ਗਾਰ ਦੇ ਪਿੱਛੇ ਭਗਵੰਤ ਮਾਨ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਚੇਨਈ ਤੇ ਹైదరాబాద్ ਪਹੁੰਚੇ ਨੇ ਅੱਜ ਦੀ ਚਰਚਾ ਇਸੇ ਮੁੱਦੇ ਤੇ ਰਹੇਗੀ ਕਿ ਇਹ ਰੋਜ਼ਗਾਰ ਇਹ ਜਿਹੜਾ ਦੋਰਾ ਆਖਰਕਾਰ ਨਤੀਜੇ ਕਦੋਂ ਆਣਗੇ ਇਸੇ ਤੇ ਆ ਚਰਚਾ ਰਹੇਗੀ ਤੇ ਸਾਡੇ ਨਾਲ ਇਸ ਬਾਰੇ ਜੁੜਨਗੇ ਆਮ ਆਦਮੀ ਪਾਰਟੀ ਦੇ ਆਗੂ ਆਰਪੀਐਸ ਮਲੋਤਰਾ ਜੀ ਆਓ ਪਹਿਲਾਂ ਸਵਾਗਤ ਕਰਦੇ ਨੇ ਸਸੀਗਲ ਮਲੋਤਰਾ ਜੀ ਸੱਚੀ ਕਾਲ ਸੱਚੀ ਕਾਲ ਜੀ सुरेंद्र ਜੀ ਆਪ ਜੀ ਨੂੰ ਵੀ ਤੇ ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸੱਚੀ ਕਾਲ ਜੀ ਸਸੀਗਲ ਜੀ ਮਲੋਤਰਾ ਜੀ ਦੋ ਰੋਜ਼ਗਾਰ ਇੱਕ ਬਹੁਤ ਵੱਡਾ ਮੁੱਦਾ ਹੈ ਤੇ ਜਿਹੜੋ ਬੇਰੋਜ਼ਗਾਰੀ ਪਹਿਲਾਂ ਵੀ ਬੇਰੋਜ਼ਗਾਰੀ ਦਾ ਉਹੀ ਵਾਦਾ ਕਰਕੇ ਵੀ ਰੋਜ਼ਗਾਰ ਲੈ ਕੇ ਆਵਾਂਗੇ ਉਸ ਵਾਦੇ ਦੇ ਮੁਤਾਬਕ ਹੀ ਮਾਨ ਸਾਹਿਬ ਦੋ ਦਿਨ ਚन्नई ਤੇ ਹైదరాబాద్ ਦੀ ਦੌਰੇ ਤੇ ਜਾਂਦੇ ਨੇ ਦੌਰੇ ਪਹਿਲਾਂ ਵੀ ਕੀਤੇ ਨੇ ਦੋਰਾ ਆ ਵੀ ਹੈ ਫਰੂਟ ਕਦੋਂ ਆਏਗਾ ਇਸ ਬਾਰੇ ਪਹਿਲਾਂ ਦੱਸੋ ਵੀ ਦੌਰੇ ਬਾਰੇ ਪਹਿਲਾਂ ਦੱਸੋ ਸੁਰਿੰਦਰ ਜੀ ਦੇਖੋ ਤੁਸੀਂ ਕਿਹਾ ਕਿ ਰੋਜ਼ਗਾਰ ਜਿਹੜਾ ਬਹੁਤ ਵੱਡਾ ਮੁੱਦਾ ਹੈ ਮੈਂ ਕਹਿੰਨਾ ਬਹੁਤ ਵੱਡਾ ਹੀ ਨਹੀਂ ਇਹ ਸਭ ਤੋਂ ਵੱਡਾ ਮੁੱਦਾ ਕਿਸੇ ਵੀ ਇਨਸਾਨ ਦੇ ਲਈ ਉਹਦੀ ਰੋਜੀ ਰੋਟੀ ਜਿਹੜੀ ਆ ਉਹ ਜ਼ਿੰਦਗੀ ਦਾ ਸਭ ਤੋਂ ਵੱਡਾ ਮੁੱਦਾ ਹੁੰਦਾ ਸੋ ਉਸ ਹਿਸਾਬ ਨਾਲ ਸਾਰੇ ਪੰਜਾਬੀਆਂ ਲਈ ਸਾਰੇ ਪੰਜਾਬੀ ਨੌਜਵਾਨਾਂ ਲਈ ਜਿਹੜਾ ਰੋਜ਼ਗਾਰ ਦਾ ਮੁੱਦਾ ਉਹ ਸਭ ਤੋਂ ਵੱਡਾ ਮੁੱਦਾ ਮੈਂ ਸਮਝਦਾ ਹੈਗਾ ਔਰ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਸਮਿਆਂ ਵਿੱਚ ਮੈਂ ਮਾਫੀ ਚਾਹਨਾ ਬਾਰ ਬਾਰ ਇਹ ਗੱਲ ਕਹਿਣੀ ਪੈਂਦੀ ਹੈ ਪਰ ਸੱਚ ਹਕੀਕਤ ਹੈ ਅਸੀਂ ਇਸ ਤੋਂ ਮੁੱਖ ਨਹੀਂ ਮੋੜ ਸਕਦੇ ਕਿ ਕਿਉਂਕਿ ਸਾਡੇ ਜਿਹੜੇ ਮੁੱਖ ਮੰਤਰੀ ਸੀਗੇ ਜਾਂ ਜਿਹੜੀਆਂ ਸਰਕਾਰਾਂ ਸੀ ਉਹ ਇਮਾਨਦਾਰ ਨਹੀਂ ਸੀਗੀਆਂ ਉਹਨਾਂ ਦਾ ਧਿਆਨ ਸਿਰਫ ਤੇ ਸਿਰਫ ਆਪਣੇ ਢਿੱਡ ਭਰਨ ਵੱਲ ਸੀ ਕਈ ਤਾਂ ਹਿੱਸੇ ਮੰਗਣ ਲਈ ਵੀ ਬਹੁਤ ਮਸ਼ਹੂਰ ਹੈਗੇ ਆਂ ਔਰ ਜੇ ਰਾਜਾ ਹੀ ਬੇਈਮਾਨ ਹੋਏ ਉਹਦਾ ਆਪਣਾ ਢਿੱਡ ਨਾ ਪਰਦਾ ਹੋਏ ਤਾਂ ਉਹਦੇ ਅਹਿਲਕਾਰ ਜਿਹੜੇ ਆ ਉਸ ਤੋਂ 10 ਕਦਮ ਅੱਗੇ ਹੁੰਦੇ ਆ ਸੋ ਉਸੇ ਸਾਹ ਨਾਲ ਜਿਹੜੀ ਕ腐ਸ਼ਨ ਹੈਗੀ ਹੈ ਬਹੁਤ ਜ਼ਿਆਦਾ ਵਧੀ ਹੋਈ ਸੀਗੀ ਇੰਡਸਟਰੀਆਂ ਤੋਂ ਉਹ ਉਗrai ਕੀਤੀ ਜਾਂਦੀ ਸੀ ਪੈਸੇ ਮੰਗੇ ਜਾਂਦੇ ਸੀ ਔਰ ਉਹਨਾਂ ਦੇ ਡਿਵੈਲਪਮੈਂਟ ਲਈ ਉਹਨਾਂ ਦੇ ਬਿਜ਼ਨਸ ਨੂੰ ਬਚਾਣ ਲਈ ਅੱਗੇ ਵਧਾਣ ਲਈ ਕੋਈ ਉਪਰਾਲੇ ਨਹੀਂ ਸੀ ਕੀਤੇ ਜਾਂਦੇ ਜਿਸ ਕਰਕੇ ਇੰਡਸਟਰੀ ਜ਼ਿਆਦਾਤਰ ਪੰਜਾਬ ਚੋਂ ਪਲਾਈਨ ਕਰ ਗਈ ਸੀ ਭੱਜ ਗਈ ਸੀ ਔਰ ਹਾਲਾਤ ਇਹ ਹੋ ਗਏ ਕਿ ਸਰਕਾਰੀ ਨੌਕਰੀਆਂ ਵੀ ਖਤਮ ਹੋ ਗਈਆਂ ਕਿਉਂਕਿ ਸਰਕਾਰ ਦਾ ਖਜ਼ਾਨਾ ਬਿਲਕੁਲ ਲੁੱਟ ਲਿਆ ਗਿਆ ਸੀ ਖਤਮ ਕਰ ਦਿੱਤਾ ਗਿਆ ਸੀ ਔਰ ਪ੍ਰਾਈਵੇਟ ਇੰਡਸਟਰੀ ਵੀ ਭੱਜ ਗਈ ਤਾਂ ਬਹੁਤ ਵੱਡੀ ਪੱਧਰ ਤੇ ਪੰਜਾਬ ਵਿੱਚ ਬੇਰੋਜ਼ਗਾਰੀ ਹੋ ਗਈ। ਇਹੀ ਮੁੱਖ ਕਾਰਨ ਸੀ ਕਿ ਪੰਜਾਬ ਦੇ ਹਰ ਸਾਲ 1.5 ਤੋਂ 2 ਲੱਖ ਪੜਿਆ ਲਿਖਿਆ ਸਿਹਤਮੰਦ ਨੌਜਵਾਨ ਜਿਹੜਾ ਉਹ ਨੌਟਾਂ ਦੀ ਪੰਡ ਲੈ ਕੇ ਵਿਦੇਸ਼ਾਂ ਨੂੰ ਭੱਜ ਜਾਂਦਾ ਸੀਗਾ। ਸੋ ਪੰਜਾਬ ਦੇ ਲਈ ਇੱਕ ਸਭ ਤੋਂ ਵੱਡਾ ਮੁੱਦਾ ਹੈਗਾ ਔਰ ਇਸੇ ਦਿਸ਼ਾ ਵਿੱਚ ਕੰਮ ਕਰਦੇ ਹੋਏ ਤੁਸੀਂ ਦੇਖਿਆ ਕਿ ਪਿਛਲੇ 8-9 ਮਹੀਨਿਆਂ ਵਿੱਚ ਜਦੋਂ ਤੋਂ ਸਾਡੀ ਸਰਕਾਰ ਹੈਗੀ ਹੈ ਅਸੀਂ 20000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ 35000 ਠੇਕੇ ਦੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ ਔਰ ਉਸੇ ਕੜੀ ਵਿੱਚ ਪਹਿਲਾਂ ਮੁੱਖ ਮੰਤਰੀ ਸਾਹਿਬ ਜਰਮਨੀ ਵੀ ਜਾ ਕੇ ਆਏ ਨੇ ਔਰ ਟਾਟਾ ਗਰੁੱਪ ਦੀ ਵੀ ਕਾਫੀ ਇਨਵੈਸਟਮੈਂਟ ਜਿਹੜੀ ਹੈ ਉਹ ਕਮਿਟ ਹੋਈ ਹੈ ਪੰਜਾਬ ਵਿੱਚ ਤੇ ਇਸੇ ਕੜੀ ਦੇ ਵਿੱਚ ਹੁਣ ਹైదరాబాద్ ਔਰ ਚੇਨਈ ਦੇ ਦੌਰੇ ਤੇ ਗਏ ਨੇ ਔਰ ਉੱਥੇ ਦੇ ਮ ਮੁੱਖ ਮੰਤਰੀਆਂ ਨੂੰ ਵੀ ਮਿਲੇ ਨੇ ਉੱਥੇ ਦੇ ਇੰਡਸਟਰੀਅਲ ਲੀਡਰਸ ਨੂੰ ਵੀ ਮਿਲੇ ਨੇ ਤੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ ਤੇ ਉਹਨਾਂ ਨੂੰ ਇਨਵਾਈਟ ਕੀਤਾ ਹੈਗਾ ਕਿ ਉਹ ਪੰਜਾਬ ਵਿੱਚ ਆ ਕੇ ਆਪਣੀ ਇੰਡਸਟਰੀ ਲਗਾਣ ਇੱਥੇ ਉਹਨਾਂ ਨੂੰ ਪੂਰੀ ਤਰ੍ਹਾਂ ਇੱਕ ਸੁਖਾਵਾਂ ਮਾਹੌਲ ਮਿਲੇਗਾ ਈਮਾਨਦਾਰ ਸਰਕਾਰ ਮਿਲੇਗੀ ਪੂਰੀ ਤਰ੍ਹਾਂ ਮਦਦ ਮਿਲੇਗੀ ਤੇ ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਲਈ ਕ੍ਰੀਏਟ ਕੀਤੀਆਂ ਜਾ ਰਹੀਆਂ ਹੈਗੀਆਂ ਜਿਵੇਂ ਕਿ ਇੱਕ ਸੀਮਲੈਸ ਐਕਸਪੀਰੀਅੰਸ ਦੇਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਹਰੇਕ ਇੰਡਸਟਰੀ ਦੇ ਲਈ ਇੱਕ ਸਪੈਸ਼ਲ ਨੋਡਲ ਅਫਸਰ ਜਿਹੜਾ ਹੈ ਉਹ ਤਾਇਨਾਤ ਤਾਇਨਾਤ ਕੀਤਾ ਜਾਏਗਾ ਔਨਲਾਈਨ ਐਪਲੀਕੇਸ਼ਨ ਹੋਏਗੀ ਯੂਨੀਫਾਈਡ ਰੈਗੂਲੇਟਰ ਹੋਏਗਾ ਸਿੰਗਲ ਵਿੰਡੋ ਸਿਸਟਮ ਹੋਏਗਾ ਸਸਤੀ ਬਿਜਲੀ ਹੋਏਗੀ ਸਸਤੀ ਜ਼ਮੀਨ ਹੋਏਗੀ ਔਰ ਮਦਦਗਾਰ ਸਰਕਾਰ ਹੋਏਗੀ ਸਕਿਲਡ ਮੈਨਪਾਵਰ ਉਹਨਾਂ ਨੂੰ ਇੱਥੇ ਮਿਲੇਗੀ ਪ੍ਰੋ ਇੰਡਸਟਰੀ ਪਾਲਿਸੀਜ਼ ਮਿਲਣ ਗਿਆ ਔਰ ਇੱਕ ਹੋਰ ਬੜੀ ਵੱਡੀ ਗੱਲ ਕਿ ਸਰਕਾਰ ਦੀ ਆਪਣੀ ਟ੍ਰੇਨ ਵੀ ਮਿਲੇਗੀ ਟ੍ਰੇਨਸ ਵੀ ਜਿਹੜੀ ਹੈ ਪੰਜਾਬ ਸਰਕਾਰ ਖਰੀਦ ਰਹੀ ਹੈਗੀ ਹੈ ਔਰ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਪੈਸ਼ਲੀ ਮੁੱਖ ਮੰਤਰੀ ਭਗਵੰਤ ਮਾਨ ਜੀ ਪੂਰਾ ਜ਼ੋਰ ਲਗਾ ਰਹੇ ਨੇ ਕਿ ਪੰਜਾਬ ਦੇ ਵਿੱਚ ਸਾਰੇ ਦੇਸ਼ ਤੋਂ ਸਾਰੀ ਦੁਨੀਆ ਤੋਂ ਇੰਡਸਟਰੀ ਆਵੇ ਔਰ ਪੰਜਾਬ ਨੂੰ ਇੱਕ ਇੰਡਸਟਰੀਅਲ ਹੱਬ অর ਐਕਸਪੋਰਟ ਹੱਬ ਦੇ ਤੌਰ ਤੇ ਡਵੈਲਪ ਕੀਤਾ ਜਾਏ ਜਿਸ ਦੇ ਨਾਲ ਕਿ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਉਹ ਤਾਂ ਵੱਧੇ ਫੁੱਲੇ ਹੀ ਨਾਲ ਹੀ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਕੋਈ ਕਮੀ ਨਾ ਹੋਵੇ ਤਾਂ ਕਿ ਸਾਡੇ ਨੌਜਵਾਨ ਜਿਹੜੇ ਆ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਨੂੰ ਮਜਬੂਰ ਨਾ ਹੋਣ ਬਲਕਿ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬਾਹਰ ਗਏ ਆ ਉਹ ਵੀ ਪੰਜਾਬ ਨੂੰ ਵੱਧਾ ਫੁੱਲਦਾ ਦੇਖ ਕੇ ਪੰਜਾਬ ਜਿਹੜੀ ਇੰਡਸਟਰੀ ਡਵੈਲਪ ਹੁੰਦਾ ਦੇਖ ਕੇ ਵਾਪਸ ਪੰਜਾਬ ਆਣ ਤੇ ਪੰਜਾਬ ਦੀ ਜਿਹੜੀ ਤਰੱਕੀ ਆ ਉਹਦੇ ਵਿੱਚ ਯੋਗਦਾਨ ਪਾਣ ਜੀ ਉਧਰ ਦੀ ਬਿਲਕੁਲ ਗੱਲ ਵਾਜਿਬ ਹੈ ਪਰ ਜਿਸ ਤਰੀਕੇ ਨਾਲ ਮਾਹੌਲ ਹੁੰਦਾ ਹੈ ਦੇਖੋ ਇੰਡਸਟਰੀਸਟ ਵੀ ਉਹਨੇ ਆ ਕੇ ਰੋਜ਼ਗਾਰ ਦੇਣਾ ਹੁੰਦਾ ਉਹ ਕਿਤੇ ਨਾ ਕਿਤੇ ਸਿਕਿਉਰ ਹੋਣਾ ਚਾਹੁੰਦਾ ਉਹਦੀ ਇਨਵੈਸਟਮੈਂਟ ਕੋਈ 5 ਸਾਲ ਵਾਸਤੇ ਨਹੀਂ ਹੁੰਦੀ ਉਹਨੂੰ ਹੁੰਦਾ ਕਿ ਮੇਰੇ ਮੈਨੂੰ ਸੁਖਾਵਾਂ ਮਾਹੌਲ ਮਿਲੇ ਇਹ ਸਰਕਾਰ ਹੋਵੇ ਚਾਹੇ ਸਰਕਾਰ ਬਦਲ ਵੀ ਜਾਂਦੀ ਹੈ ਤਾਂ ਵੀ ਮੈਨੂੰ ਸੁਖਾਵਾਂ ਮਾਹੌਲ ਮਿਲੇ ਉਸ ਤਰੀਕੇ ਨਾਲ ਉਹ ਸੋਚਦਾ ਉਹ ਲੰਬੀ ਦੇਸ ਦਾ ਘੋੜਾ ਹੁੰਦਾ ਉਹਨੇ 5 ਸਾਲ ਵਾਸਤੇ ਨਹੀਂ ਬਿਜ਼ਨਸ ਕਰਨਾ ਹੁੰਦਾ ਪਰ ਜਿਸ ਤਰੀਕੇ ਨਾਲ ਹੋਣਾ ਜਿਹੜੀਆਂ ਤਸਵੀਰਾਂ ਸਾਹਮਣੇ ਵੀ ਆ ਰਹੀਆਂ ਆਪਾਂ ਇੱਕ ਉਦਾਹਰਨ ਲੈ ਲੈਨੇ ਆ ਇਹ ਜਿਹੜੀ ਜ਼ੀਰਾ ਸ਼ਰਾ ਫੈਕਟਰੀ ਵਾਲੀ ਪਿੰਡ ਵਾਲੇ ਵੀ ਆਪਦੀ ਥਾਂ ਦੇ ਠੀਕ ਨੇ ਉਹ ਇੰਡਸਟਰੀ ਵਾਲਾ ਵੀ ਆਪਦੀ ਥਾਂ ਤੇ ਠੀਕ ਹੈ ਪਰ ਦੋਨੋਂ ਆਪਣੇ ਆਪਣੇ ਤਰ੍ਹਾਂ ਠੀਕ ਹੈ ਕਿਉਂਕਿ ਉਹਨਦੇ ਕੋਲ ਕਾਗਜ਼ ਨੇ ਸਾਰੀਆਂ ਅਪਰੂਵਲਾਂ ਨੇ ਭਾਵੇਂ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਲਈਆਂ ਜੀ ਪਰ ਉਹ ਤਰੀਕਾ ਗਲਤ ਹੋ ਸਕਦਾ ਹੈ ਲੇਕਿਨ ਜਿਹੜਾ ਕਾਗਜ਼ ਹੈ ਉਹ ਤਾਂ ਅਸਲੀ ਹੈ ਨਾ ਜੀ ਬਿਲਕੁਲ ਬਿਲਕੁਲ ਮੈਂ ਪੈਸੇ ਕਮਾਏ ਹੁਣ ਮੈਂ ਅੰਡਰ ਦਾ ਟੇਬਲ ਕਮਾਏ ਭਾਵੇਂ ਉੱਪਰ ਕਮਾਏ ਪਰ ਉਦੋਂ ਤਾਂ ਲੋਕਾਂ ਨੇ ਫੜਿਆ ਨਹੀਂ ਪਰ ਮੇਰੇ ਕੋਲ ਤਾਂ 2000 ਦਾ ਨੋਟ ਹੈ ਜੀ 2000 ਚ ਹੀ ਚੱਲਣਾ ਜੀ 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 ਤਾਂ ਉਹਦੇ ਕੋਲ ਸਾਰੀਆਂ ਪ੍ਰੂਵਲਾਂ ਨੇ ਪਰ ਅੱਜ ਇਹੋ ਜਿਹਾ ਮਾਹੌਲ ਦੇਖ ਕੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਮੈਸੇਜ ਵੀ ਜਾਂਦਾ ਹੈ ਬਾਕੀ ਇੰਡਸਟਰੀਜ਼ ਕਿਵੇਂ ਜਿਗਰਾ ਕਰ ਲੈਣਗੀਆਂ ਅ ਸੁਰੇਂਦਰ ਜੀ ਨਹੀਂ ਮੈਂ ਇੱਥੇ ਥੋੜਾ ਜਿਹਾ ਤੁਹਾਡੇ ਨਾਲ ਡਿਫਰ ਕਰਾਂਗਾ ਕਿ ਦੇਖੋ ਇਹ ਹੁਣ ਸਪਸ਼ਟ ਹੈਗਾ ਕਿ ਉਸ ਸਮੇਂ ਜਿਹੜੇ ਚੈਕਸ ਸਰਕਾਰ ਜਾਂ ਸਰਕਾਰੀ ਏਜੰਸੀਜ਼ ਵੱਲੋਂ ਕੀਤੇ ਜਾਣੇ ਚਾਹੀਦੇ ਸੀਗੇ ਉਹ ਨਹੀਂ ਕੀਤੇ ਗਏ ਜਾਂ ਇੰਡਸਟਰੀ ਲੱਗਣ ਤੋਂ ਬਾਅਦ ਜਿਹੜੇ ਉਹਨਾਂ ਤੇ ਚੈੱਕ ਰੱਖੇ ਜਾਣੇ ਚਾਹੀਦੇ ਸੀਗੇ ਉਹ ਨਹੀਂ ਰੱਖੇ ਗਏ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਕੁਤਾਹੀਤਾ ਹੈ ਜਿਸ ਕਰਕੇ ਉਸ ਇਲਾਕੇ ਦੇ ਲੋਕ ਜਿਹੜੇ ਆ ਉਹਨ ਸਫਰ ਕਰ ਰਹੇ ਹੈਗੇ ਸੋ ਇਹ ਮੈਨੂੰ ਲੱਗਦਾ ਹੈ ਕਿ ਟੋਟਲੀ ਡਿਫਰੈਂਟ ਇਸ਼ੂ ਹੈਗਾ ਕਿ ਇੱਕ ਤਾਂ ਜਦੋਂ ਇੰਡਸਟਰੀ ਲੱਗਣੀ ਹੈ ਉਸ ਦੇ ਲਈ ਜੋ ਪੈਰਾਮੀਟਰਸ ਲੇ ਡਾਊਨ ਕਰਨੇ ਹਨ ਉਹ ਪੂਰੀ ਤਰ੍ਹਾਂ ਫਾਲੋ ਹੋਣੇ ਚਾਹੀਦੇ ਹੈ ਚਾਹੇ ਅਸੀਂ ਆਪ ਇਨਵਾਈਟ ਕਰ ਰਹੇ ਹਾਂ ਲੇਕਿਨ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਕਿ ਜੋ ਕਾਨੂੰਨ ਹੈਗਾ ਜੋ ਰਿਕੁਆਇਰਮੈਂਟਸ ਹੈਗੀਆਂ ਬੇਸਿਕ ਰਿਕੁਆਇਰਮੈਂਟਸ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਔਰ ਇੰਡਸਟਰੀ ਲੱਗਣ ਤੋਂ ਬਾਅਦ ਵੀ ਜੋ ਇੰਡਸਟਰੀ ਵਾਲਿਆਂ ਦੀ ਜ਼ਿੰਮੇਵਾਰੀ ਹੈਗੀ ਹੈ ਜਿਵੇਂ ਕਿ ਆਪਣੇ ਜਿਹੜੇ ਐਫਲੂਐਂਟ ਸੀਗੇ ਯਾ ਜੋ ਵੀ ਉਹ ਡਿਸਚਾਰਜ ਕਰਦੇ ਉਸ ਨੂੰ ਪੂਰੀ ਤਰ੍ਹਾਂ ਟ੍ਰੀਟ ਕਰਕੇ ਉਹਨੂੰ ਫੈਕਟਰੀ ਤੋਂ ਬਾਹਰ ਛੱਡਣਾ ਚਾਹੀਦਾ ਸੀ ਉਸ ਵਿੱਚ ਵੀ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਸੀ ਕਿਦਰੇ ਨਾ ਕਿਦਰੇ ਉਦੀ ਕੁਤਾਹੀ ਵੀ ਹੈ ਸੋ ਇਹ ਇੱਕ ਸੈਪਰੇਟ ਕੇਸ ਹੈਗਾ ਜਿਸ ਵਿੱਚ ਸਰਕਾਰ ਦੀ ਔਰ ਇੰਡਸਟਰੀ ਦੀ ਕੁਤਾਹੀ ਵੀ ਕਿਦਰ ਨਾ ਕਿਦਰ ਆਪਾਂ ਨੂੰ ਨਜ਼ਰ ਆਂਦੀ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਜਿਹੜੇ ਕੋਈ ਚੰਗੇ ਬਿਜ਼ਨਸਮੈਨ ਹੈਗੇ ਆ ਜਿਹੜੇ ਕਾਨੂੰਨ ਨੂੰ ਫੋਲੋ ਕਰਕੇ ਆਪਣਾ ਬਿਜ਼ਨਸ ਚਲਾਉਣਾ ਚਾਹੁੰਦੇ ਆ ਔਰ ਜਿਹੜੀ ਸਰਕਾਰ ਇਮਾਨਦਾਰੀ ਨਾਲ ਸਾਰਾ ਕੁਝ ਸਾਰੇ ਸਮਾਜ ਦਾ ਇੱਕ ਬੈਲੈਂਸਡ ਵਿਊ ਰੱਖ ਕੇ ਕਾਨੂੰਨਾਂ ਨੂੰ ਪਾਲਨ ਕਰਦੇ ਹੋਏ ਇੰਡਸਟਰੀ ਲਗਾਏਗੀ ਉਹ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਡਿਫਰੈਂਟ ਹੈਗੀਆਂ ਔਰ ਆਉਣ ਵਾਲੀ ਇੰਡਸਟਰੀ ਤੇ ਇਸ ਦਾ ਕੋਈ ਅਸਰ ਨਹੀਂ ਹੋਏਗਾ ਜੀ ਇੱਕ ਮਲੋਤਰਾ ਜੀ ਬਹੁਤ ਸਾਰੀ ਇੰਡਸਟਰੀ ਪੰਜਾਬ ਤੋਂ ਪਲਾਨ ਵੀ ਕਰ ਚੁੱਕੀਆਂ ਨੇ ਤੁਹਾਨੂੰ ਵੀ ਪਤਾ ਹੈ ਜਿਹੜੀਆਂ ਇੱਥੇ ਵੀ ਹੱਲੇ ਵੀ ਹੈ ਉਹਨਾਂ ਨੇ ਐ ਸਮਝ ਲਓ ਵੀ ਆਪ ਦਾ ਜਿਹੜਾ ਮੇਜਰ ਬਿਜ਼ਨਸ ਦਾ ਪਲਾਨ ਕਰ ਲਿਆ ਇੱਥੇ ਨਾ ਮਾਤਰ ਦੀ ਪ੍ਰੋਡਕਸ਼ਨ ਯਾਨੀ ਕਿ ਦਿਖਾਵੇ ਲਈ ਕਹਿ ਸਕਦੇ ਆਪਾਂ ਕਿ ਅਸੀਂ ਪੰਜਾਬ ਦੇ ਹੈਗੇ ਆ ਪਰ ਜ਼ਿਆਦਾ ਪ੍ਰੋਡਕਸ਼ਨ ਪਿਆਰ ਤੇ ਯੂਪੀ ਵਾਲੇ ਪਾਸੋਂ ਚੱਲ ਰਹੀ ਹੈ ਜੀ ਉਹਨਾਂ ਵਾਸਤੇ ਕੀ ਉੱਪਰ ਅੱਲਾਹ ਕਰੀਏ ਆਮ ਆਦਮੀ ਪਾਰਟੀ ਕਿਉਂਕਿ ਜਿਹੜੇ ਇੱਥੋਂ ਰੁਸ ਕੇ ਚਲੇ ਗਏ ਜਿਹੜੇ ਜਿਨ੍ਹਾਂ ਨੇ ਇੱਥੇ ਸਾਰਾ ਕੁਝ ਸੈਟਅਪ ਲਾਇਆ ਚਾਹੇ ਉਹ ਪੁਰਾਣੀਆਂ ਸਰਕਾਰਾਂ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰਦੇ ਰਹਿੰਦੇ ਹੋ ਕਿ ਪੁਰਾਣੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਗਏ ਕੁਝ ਵੀ ਉਹਨਾਂ ਨੂੰ ਵਾਪਸ ਬੁਲਾਣਾ ਜਿਆਦਾ ਸੁੱਖਾ ਨਹੀਂ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹੈਗਾ ਕਿ ਇਹ ਪੰਜਾਬ ਸਰਕਾਰ ਪੰਜਾਬ ਦਾ ਮਾਹੌਲ ਬਦਲ ਰਹੀ ਹੈਗੀ ਹੈ ਚੰਗਾ ਐਟਮੋਸਫੇਅਰ ਇੰਡਸਟਰੀ ਨੂੰ ਦੇ ਰਹੀ ਹੈਗੀ ਹੈ ਤੇ ਜਿਹੜੀ ਇੰਡਸਟਰੀ ਇੱਥੋਂ ਪਲਾਨ ਕਰਕੇ ਗਈ ਹੈ ਉਹਨਾਂ ਦੀਆਂ ਫੈਕਟਰੀਆਂ ਤਾਂ ਇੱਥੇ ਹੀ ਨੇ ਨਾ ਉਹਨਾਂ ਦੀ ਮਸ਼ੀਨਰੀ ਤਾਂ ਇੱਥੇ ਹੀ ਹੈਗੀ ਹੈ ਸੋ ਉਹਨਾਂ ਦੇ ਲਈ ਵਾਪਸ ਆਣਾ ਜ਼ਿਆਦਾ ਈਜ਼ੀ ਹੋਏਗਾ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਦੇਖਣ ਨੂੰ ਮਿਲੇਗਾ ਅਗਾਂਹ ਵਾਲੇ ਸਮੇਂ ਵਿੱਚ ਕਿ ਉਹ ਇੰਡਸਟਰੀਆਂ ਜਿਹੜੀਆਂ ਚਲੀਆਂ ਗਈਆਂ ਸੀ ਉਹ ਜ਼ਿਆਦਾ ਗਿਣਤੀ ਵਿੱਚ ਪੰਜਾਬ ਵਿੱਚ ਵਾਪਸ ਆਣ ਗਈਆਂ ਕਿਉਂਕਿ ਉਹਨਾਂ ਲਈ ਇਹ ਜ਼ਿਆਦਾ ਈਜ਼ੀ ਹੈਗਾ ਬਨਿਸਪਤ ਇਸ ਦੇ ਕਿ ਜਿਹੜੀ ਜਿਹੜਾ ਵੀ ਕੋਈ ਇੰਡਸਟਰੀਅਲ ਗਰੁੱਪ ਇੱਕ ਨਵਾਂ ਪਲਾਂਟ ਲਗਾਉਂਦਾ ਹੈ ਜਿਨ੍ਹਾਂ ਦਾ ਆਲਰੇਡੀ ਲੱਗਿਆ ਉਹਨਾਂ ਲਈ ਈਜ਼ੀ ਹੈ ਜੀ ਜਿਹੜਾ ਸਿੰਗਲ ਵਿੰਡੋ ਸਿਸਟਮ ਦਾ ਜ਼ਿਕਰ ਕੀਤਾ ਜਾਂਦਾ ਵਾਰ-ਵਾਰ ਉਹ ਸਿੰਗਲ ਵਿੰਡੋ ਸਿਸਟਮ ਆਪਰੇਸ਼ਨਲ ਕਦੋਂ ਸ਼ੁਰੂ ਹੋ ਜਾਏਗਾ ਕੁਤੀ ਕਾਗਜ਼ਾਂ ਤੇ ਬਿਆਨਾਂ ਚ ਤਾਂ ਹਲੇ ਤੱਕ ਹੈਗਾ ਆਪਰੇਸ਼ਨਲ ਕਦੋਂ ਸ਼ੁਰੂ ਹੋ ਜਾਏਗਾ ਸਭ ਚੀਜ਼ ਕਿਉਂਕਿ ਐਗਜ਼ੀਕਿਊਟ ਹਲੇ ਤੱਕ ਵਾਰ-ਵਾਰ ਹਾਲਾਂਕਿ ਮਾਨ ਸਾਹਿਬ ਤੇ ਹੀ ਜ਼ਿਆਦਾ ਲੋਕ આરોਪ ਲਾਉਂਦੇ ਨੇ ਕਿ ਮਾਨ ਸਾਹਿਬ ਵਾਅਦੇ ਕਰ ਦਿੰਦੇ ਨੇ ਪਰ ਐਗਜ਼ੀਕਿਊਟ ਨਹੀਂ ਹੁੰਦੇ ਉਹਦੇ ਪਾਸਤੇ ਪਤਾ ਨਹੀਂ ਕਹਿੰਦੇ ਕੀ ਹੈ ਚਾਹੇ ਉਹ ਕਿਸਾਨ ਹੋਣ ਕਿਸੇ ਪਾਸੋਂ ਵੀ ਕਿ ਮਾਨ ਸਾਹਿਬ ਐਗਜ਼ੀਕਿਊਟ ਨਹੀਂ ਕਰ ਪਾਉਂਦੇ ਜਾਂ ਤਾਂ ਸਿਸਟਮ ਅਪੋਜ਼ ਕਰਦਾ ਹੈ ਜਾਂ ਕੋਈ ਨਾ ਕੋਈ ਇਹੋ ਜਿਹੀ ਕੁੱਡੀ ਹੈਗੀ ਹੈ ਜਿਹੜੀ ਮਾਨ ਸਾਹਿਬ ਨੂੰ ਹਲੇ ਤੱਕ ਪਤਾ ਨਹੀਂ ਲੱਗੀ ਨਹੀਂ ਸੁਰਿੰਦਰ ਜੀ ਮੈਂ ਮਾਫੀ ਚਾਹਨਾ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹੈਗਾ ਕਿ ਬਈ ਮਾਨ ਸਾਹਿਬ ਵਾਦੇ ਕਰ ਦਿੰਦੇ ਨੇ ਤੇ ਲਾਗੂ ਨਹੀਂ ਹੁੰਦੇ ਤੁਸੀਂ ਦੇਖੋ ਬਿਜਲੀ ਅਸੀਂ ਫ੍ਰੀ ਦਿੱਤੀ ਕਿ ਨਹੀਂ ਦਿੱਤੀ ਅੱਜ 83% ਪੰਜਾਬ ਦੇ ਪਰਿਵਾਰਾਂ ਦੇ ਬਿੱਲ ਜਿਹੜਿਆਂ ਉਹ ਜ਼ੀਰੋ ਆ ਰਹੇ ਹੈਗੇ ਸੋ ਔਰ ਤੁਸੀਂ ਦੇਖੋ ਕਿ ਅਸੀਂ 20000 ਨੌਕਰੀਆਂ ਆਲਰੇਡੀ ਦੇ ਚੁੱਕੇ ਆ ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕਾ ਕਰ ਰਹੇ ਆ 35000 ਨੂੰ ਅਸੀਂ ਪੱਕਾ ਕਰਾਂਗੇ ਔਰ ਕਿਸਾਨਾਂ ਨੂੰ ਵੀ ਅਸੀਂ ਬੜੀ ਰਾਹਤ ਦਿੱਤੀ ਹੈ ਗੰਨਾ ਕਿਸਾਨਾਂ ਨੂੰ ਤੁਸੀਂ ਦੇਖਿਆ ਜਾਂ ਹੋਰ ਜਿਹੜੇ ਦੋ ਫਸਲੀ ਚੱਕਰ ਚੋਂ ਕੱਢ ਕੇ ਤਿੰਨ ਫਸਲਾਂ ਵੱਲ ਲੈ ਜਾਣਾ ਉਪਰਾਲੀ ਦੇ ਜਿਹੜੀ ਸਾਮ ਸੰਭਾਲ ਹੈ ਉਹਦੇ ਲਈ ਵੀ ਇਸ ਵਾਰੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਣਕ ਝੋਨੇ ਦੀ ਜਿਹੜੀ ਖਰੀਦ ਹੈਗੀ ਆ ਉਹਦੇ ਵਿੱਚ ਵੀ ਜਿਹੜਾ ਆਪਾਂ ਦੇਖਿਆ ਕਿ ਝੋਨਾ ਇਸ ਵਾਰੀ ਬੜੀ ਈਜ਼ੀਲੀ ਖਰੀਦਿਆ ਗਿਆ ਔਰ ਕੋਈ ਉਸ ਵਿੱਚ ਦਿੱਕਤ ਨਹੀਂ ਆਈ ਸੋ ਔਰ ਰਹੀ ਗੱਲ ਜਿਹੜੀ ਠੀਕ ਹੈ ਬਹੁਤ ਬਾਰ ਬਾਰ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ 1000 ਰੁਪਏ ਕਦੋਂ ਦੇਓਗੇ ਜੀ ਸਰ ਬਹੁਤ ਛੇਤੀ ਅਸੀਂ ਇਹ ਵਾਅਦਾ ਵੀ ਆਪਣਾ ਪੂਰਾ ਕਰਾਂਗੇ ਔਰ ਸਾਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਹੋਏਗੀ ਕਿ ਪਹਿਲੇ ਸਾਲ ਵਿੱਚ ਹੀ ਕਿਸੇ ਸਰਕਾਰ ਨੇ ਆਂਦੇ ਆ ਆਪਣੇ ਸਾਰੇ ਮੇਜਰ ਵਾਅਦੇ ਜਿਹੜੇ ਆ ਉਹ ਪੂਰੇ ਕਰ ਦਿੱਤੇ ਹੈਗੇ ਕਿਉਂਕਿ ਤੁਸੀਂ ਦੇਖੋ ਕਿ ਪੁਰਾਣੀਆਂ ਸਰਕਾਰਾਂ ਖਜ਼ਾਨਾ ਬਿਲਕੁਲ ਖਾਲੀ ਛੱਡ ਗਈਆਂ ਸੀ ਬਲਕਿ ਪਉਣੇ 3 ਲੱਖ ਕਰੋੜ ਦਾ ਕਰਜ਼ਾ ਛੱਡ ਗਿਆ ਸੀ ਉਸ ਦੇ ਬਾਵਜੂਦ ਅਸੀਂ ਉਹ ਕਰਜ਼ੇ ਨੂੰ ਸਰਵਿਸ ਕਰ ਰਹੇ ਹੈਗੇ ਆ ਉਸ ਦਾ ਮੂਲ ਵੀ ਅਸੀਂ ਉਤਾਰ ਰਹੇ ਹੈਗੇ ਆ ਕੁਝ ਅਸੀਂ ਉਤਾਰਿਆ ਹੈਗਾ ਔਰ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਰਾਹਤ ਦੇ ਰਹੇ ਆ ਕਿਸਾਨਾਂ ਨੂੰ ਵੀ ਰਾਹਤ ਦੇ ਰਹੇ ਆ ਨੌਕਰੀਆਂ ਵੀ ਦੇ ਰਹੇ ਆ ਸੋ ਹਰ ਇੱਕ ਚੀਜ਼ ਨੂੰ ਹੁੰਦੇ ਆ ਥੋੜਾ ਜਿਹਾ ਸਮਾਂ ਤਾਂ ਲੱਗਦਾ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਕਟੋ-ਕਟ ਦੂਜਿਆਂ ਨੂੰ ਤੁਸੀਂ 10-10 ਸਾਲ ਦਿੱਤੇ 5-5 ਸਾਲ ਆਪਾਂ ਦੇਖਿਆ ਉਹਨਾਂ ਨੇ ਕੱਖ ਨਹੀਂ ਕੀਤਾ ਡੱਕਾ ਨਹੀਂ ਤੋੜਿਆ ਤੇ ਸਾਨੂੰ ਇੱਕ ਸਾਲ ਤਾਂ ਦਿਓ ਨਾ ਕਿ ਅਸੀਂ ਖਜ਼ਾਨਾ ਭਰਾਂਗੇ ਤੇ ਉਸ ਦੇ ਵਿੱਚੋਂ ਹੀ ਪੈਸਾ ਲੱਗਣਾ ਕੋਈ ਕਿਸੇ ਦੀ ਆਪਣੀ ਜੇਬ ਚੋਂ ਤਾਂ ਆਣਾ ਨਹੀਂ ਹੈਗਾ ਸੋ ਥੋੜਾ ਜਿਹਾ ਪਲੀਜ਼ ਸਮਝਾ ਦਿਓ ਸਾਰਾ ਕੁਝ ਹੋ ਜਾਏਗਾ ਔਰ ਸਿੰਗਲ ਵਿੰਡੋ ਸਿਸਟਮ ਜਿਹੜਾ ਹੈ ਇਹ ਤਾਂ ਫੌਰੀ ਤੌਰ ਤੇ ਸਰ ਅਸੀਂ ਲਾਗੂ ਕਰ ਰਹੇ ਹੈਗੇ ਆਂ ਔਰ ਤੁਸੀਂ ਦੇਖੋਗੇ ਬੜੇ ਛੇਤੀ ਤੁਹਾਨੂੰ ਇਸ ਵਿੱਚ ਪ੍ਰੋਗਰੈਸ ਔਰ ਆਉਟਪੁੱਟ ਦੇਖਣ ਨੂੰ ਮਿਲੇਗੀ ਔਰ ਪੰਜਾਬ ਵਿੱਚ ਲਗਣੀ ਇੰਡਸਟਰੀ ਲਗਣੀ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਜੀ ਬਿਲਕੁਲ ਮਲੋਤਰਾ ਜੀ 4 ਮਹੀਨੇ ਨਹੀਂ ਰਹਿ ਗਏ 8 ਮਹੀਨੇ ਟੱਪਿਆ ਨਹੀਂ ਪਤਾ ਲੱਗਿਆ ਤਾਂ 4 ਮਹੀਨਿਆਂ ਦਾ ਤਾਂ ਜਮ੍ਹਾਂ ਹੀ ਨਹੀਂ ਪਤਾ ਲੱਗਣਾ ਬਿਲਕੁਲ ਠੀਕ ਗੱਲ ਵਾਜਬ ਹੈ ਸਾਲ ਬਾਅਦ ਪਰ ਇਹ ਸਵਾਲ ਜ਼ਰੂਰ ਆਣਗੇ ਸਾਲ ਬਾਅਦ ਇਹ ਸਵਾਲ ਆਣਗੇ ਤੇ ਉਮੀਦ ਕਰਦੇ ਆਂ ਅਸੀਂ ਵੀ ਇਹ ਉਮੀਦ ਕਰਦੇ ਆਂ ਕਿ ਸਾਲ ਬਾਅਦ ਨਾ ਤਾਂ ਸਾਨੂੰ ਇਹ ਸਵਾਲ ਪੁੱਛਣੇ ਪੈਣ ਤੇ ਜੇ ਅਸੀਂ ਸਵਾਲ ਪੁੱਛੀਏ ਇਹ ਉਮੀਦ ਜ਼ਰੂਰ ਕਰਾਂਗੇ ਉਦੋਂ ਸਮਾ ਦਾ ਹਵਾਲਾ ਨਹੀਂ ਦਿੱਤਾ ਜਾਏਗਾ ਉਦੋਂ ਇਹ ਜ਼ਰੂਰ ਕਿਹਾ ਜਾਏਗਾ ਕਿ ਆ ਕਮੀਆਂ ਰਹਿ ਗਈਆਂ ਇੱਥੇ ਅਸੀਂ ਆ ਕਮੀਆਂ ਜਿਸ ਤੇ ਅਸੀਂ ਹੋਮਵਰਕ ਕਰ ਰਹੇ ਹਾਂ ਤੇ ਹੋ ਸਕਦਾ ਕਿ ਅਗਲੇ 5-6 ਮਹੀਨਿਆਂ ਚੋਂ ਦਾ ਰਿਜ਼ਲਟ ਆ ਨਿਕਲੇ ਇਨਵੈਸਟ ਪੰਜਾਬ ਫਰਵਰੀ ਚ ਹੋ ਰਿਹਾ ਹੈ ਕੀ ਇਹ ਸਾਰੀਆਂ ਤਿਆਰੀਆਂ ਇਨਵੈਸਟ ਪੰਜਾਬ ਵਾਲੇ ਪੱਖੋਂ ਦੇਖੀਆਂ ਜਾ ਰਹੀਆਂ ਨੇ ਤੇ ਕੀ ਲੱਗਦਾ ਫਰਵਰੀ ਦਾ ਜਿਹੜਾ ਇਨਵੈਸਟ ਪੰਜਾਬ ਦੱਸਿਆ ਜਾ ਰਿਹਾ ਵੀ ਉਹ ਇਨਵੈਸਟ ਪੰਜਾਬ ਚ ਫਰਵਰੀ ਦੇ ਵਿੱਚ ਚੰਗੀ ਇਨਵੈਸਟਮੈਂਟ ਤੇ ਚੰਗਾ ਰੋਜ਼ਗਾਰ ਉਹਦੀ ਨੀ ਪੱਥਰ ਰੱਖਿਆ ਜਾਏਗਾ ਕਿਉਂਕਿ ਅੱਜ ਵਾਕਈ ਪੰਜਾਬ ਦੇ ਯੂਥ ਨੂੰ ਰੋਜ਼ਗਾਰ ਦੀ ਲੋੜ ਹੈ ਕਿ ਜਿਹੜਾ ਯੂਥ ਹਾਲਾਂਕਿ ਅੱਜ ਇੱਕ ਵੀਡੀਓ ਮੈਂ ਜਦੋਂ ਵਾਇਰਲ ਹੋ ਰਹੀ ਸੀ ਵਾਕਏ ਬੜਿਆ ਦੁਖਾਂਤ ਸੀ ਬਾਈਕ ਦੇ ਮਗਰ ਲਿਖਿਆ ਹੋਇਆ ਕਿ ਬਲੈਕੀਏ ਮਤਲਬ ਸੋਚੋ ਕਿ ਕਿੱਧਰ ਯੂਥ ਜਾ ਰਿਹਾ ਸੋਚ ਕਿਹੜੇ ਪਾਸੇ ਜਾ ਰਹੀ ਹੈ ਇੱਕ ਪਾਸੇ ਲਿਖਿਆ ਹੋਇਆ ਸੀ ਚਿੱਟਾ ਨਹੀਂ ਵੇਚਦੇ ਮਤਲਬ ਇਹ ਸੋਚਦੇ ਨੇ ਲੋਕ ਜਿਹੜਾ ਯੂਥ ਹੈ ਉਹ ਉੱਥੋਂ ਤੱਕ ਕਿ ਰਿਆ ਰਿਹਾ ਉਹਨੂੰ ਸਿਰਫ ਹੁਣ ਅਸਲਾ ਦਿਖਦਾ ਹੈ ਉਹਨੇ ਸਿਰਫ ਉਹ ਬੰਦੂਕਾਂ ਦੇਖੀਆਂ ਨੇ ਉਹ ਗੈਂਗਸਟਰਾਂ ਨਾਲ ਨਹੀਂ ਪ੍ਰਭਾਵਿਤ ਹੋ ਰਿਹਾ ਜਿਹੜਾ ਬੱਚਦਾ ਹੈ ਉਹ ਆਪਣਾ ਚਿੱਟੇ ਵਾਲੇ ਪਾਸੇ ਪ੍ਰਭਾਵਿਤ ਹੋ ਰਿਹਾ ਇਸ ਲਈ ਰੋਜ਼ਗਾਰ ਵਾਕਈ ਇਸ ਟਾਈਮ ਪੰਜਾਬ ਦੇ ਵਾਸਤੇ ਰੋਜ਼ਗਾਰ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਬਿਲਕੁਲ सुरेंद्र ਜੀ ਦੇਖੋ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ ਆਪਾਂ ਸਿਰਫ ਇਹ ਨਹੀਂ ਕਿਹਾ ਹੈ ਕਿ ਬਹੁਤ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਔਰ ਤੁਸੀਂ ਦੇਖੋ ਕਿ ਅੱਜ ਉੱਥੇ ਚੇਨਈ ਦੇ ਵਿੱਚ ਸਾਡੇ ਸੀਐਮ ਸਾਹਿਬ ਨੇ ਮੁਰਗੱਪਾ ਗਰੁੱਪ ਦੇ ਨਾਲ ਮੀਟਿੰਗ ਕੀਤੀ ਹੈ ਟਿਊਬ ਇੰਡੀਆ ਇਨਵੈਸਟਮੈਂਟਸ ਦੇ ਨਾਲ ਕੀਤੀ ਹੈ ਸ਼ੋਕ ਲੀਲੈਂਡ ਦੇ ਨਾਲ ਕੀਤੀ ਹੈ ਤਫੇ ਗਰੁੱਪ ਨਾਲ ਕੀਤੀ ਹੈ ਲੁਕਾਸ ਟੀਵੀਐਸ ਦੇ ਨਾਲ ਕੀਤੀ ਹੈਗੀ ਹੈ ਔਰ ਜਿਹੜੀਆਂ ਫੀਲਡਸ ਦੇ ਵਿੱਚ ਇਨਵੈਸਟਮੈਂਟ ਇਨਵਾਈਟ ਕਰ ਰਹੇ ਹੈਗੇ ਆ ਉਹ ਹੈਗੇ ਆ ਆਟੋ ਕੰਪੋਨੈਂਟਸ ਵਹੀਕਲ ਮੈਨੂਫੈਕਚਰਿੰਗ ਹੈਲਥ케ਅਰ ਸਕਿੱਲ ਡਿਵੈਲਪਮੈਂਟ ਐਗਰੀਕਲਚਰਲ ਇੰਪਰੋਵਮੈਂਟਸ ਲੌਜਿਸਟਿਕਸ ਵੇਅਰਹਾਊਸਿੰਗ ਐਂਡ ਰੀਨਿਊਏਬਲ ਐਨਰਜੀ ਜਿਹੜੇ ਕਿ ਪੰਜਾਬ ਦੀ ਇਕਨੋਮੀ ਦੇ ਨਾਲ ਬਹੁਤ ਗਹਿਰੇ ਤੌਰ ਤੇ ਜੁੜੇ ਹੋਏ ਨੇ ਸੋ ਇਹਨਾਂ ਸਾਰੀਆਂ ਫੀਲਡਸ ਦੇ ਵਿੱਚ ਇਨਵੈਸਟਮੈਂਟ ਜੀਡੀਆ ਇਨਵਾਈਟ ਕੀਤੀ ਜਾ ਰਹੀ ਹੈਗੀ ਇਹ ਔਰ ਕਹਿੰਦੇ ਨਾ ਕਿ ਸੰਤਾ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਉਣ ਆਇਆ ਰਾਮ ਸੋ ਜਿੱਥੇ ਨੀਅਤ ਸੱਚੀ ਸੁੱਚੀ ਹੋਵੇ ਜਿੱਥੇ ਦੇਸ਼ ਦੇ ਲਈ ਸਮਾਜ ਦੇ ਲਈ ਦਿਲ ਵਿੱਚ ਦਰਦ ਹੋਵੇ ਉੱਥੇ ਰੱਬ ਵੀ ਸਾਥ ਦਿੰਦਾ ਹੈਗਾ ਤੇ ਵਾਹਿਗੁਰੂ ਕਰੇਗਾ ਕਿ ਮੁੱਖ ਮੰਤਰੀ ਸਾਹਿਬ ਆਪਣੇ ਇਸ ਇਹ ਜਾਂ ਤਾਂ ਵਿੱਚ ਜ਼ਰੂਰ ਕਾਮਯਾਬ ਹੋਣਗੇ ਜੀ ਲੋਧਰਾ ਜੀ ਇੱਕ ਨਾ ਮੇਰਾ ਸਵਾਲ ਕੱਚੇ ਮਲਾਜਮਾਂ ਨੂੰ ਲੈ ਕੇ ਆ ਤੁਸੀਂ ਹੋ ਸਕਦਾ ਕੀ ਸ਼ਾਇਦ ਉਹ ਮਲਾਜ਼ਮ ਮੇਰੇ ਤੋਂ ਇਸ ਬਿਆਨ ਤੋਂ ਮੇਰੇ ਇਸ ਟਿੱਪਣੀ ਤੋਂ ਸ਼ਾਇਦ ਉਹਨਾਂ ਨੂੰ ਗਰੇਜ਼ ਹੋਵੇ ਸ਼ਾਇਦ ਸਹਿਮਤ ਨਾ ਹੋਣ ਤੁਸੀਂ ਵੀ ਮੈਨੂੰ ਕਰੈਕਟ ਕਰ ਦੇਣਾ ਦੇਖੋ ਕੀ ਇਹ ਸਰਕਾਰ ਦੀ ਮਜਬੂਰੀ ਬਣ ਜਾਂਦੀ ਹੈ ਬਾਅਦ ਵਿੱਚ ਕਿਉਂਕਿ ਸਰਕਾਰ ਨੇ ਜਿਵੇਂ ਹੁਣ ਰੋਜ਼ਗਾਰ ਦੇਣਾ ਹੈ ਸਰਕਾਰ ਕਹਿੰਦੀ ਹੈ ਉਦੋਂ ਦੀ ਸਰਕਾਰ ਨੇ ਵੀ ਇਹ ਸੋਚਿਆ ਹੋਣਾ ਕਿ ਸਾਡੇ ਕੋਲ ਇੰਨੇ ਰਿਸੋਰਸਿਸ ਨਹੀਂ ਕਿ ਅਸੀਂ ਤੁਹਾਨੂੰ ਪੱਕੇ ਰੱਖ ਸਕੀਏ ਸਰਕਾਰ ਰੋਜ਼ਗਾਰ ਦੇ ਉਦੋਂ ਵੀ ਮਨਚਾ ਹੀ ਹੁੰਦੀ ਹੈ ਨਾ ਕਿ ਘੱਟ ਤੋਂ ਘੱਟ ਇਹਨਾਂ ਦੇ ਘਰੇ ਰੋਟੀ ਦਾ ਜਾਵੇ ਸਰਕਾਰ ਉਹਨਾਂ ਨੂੰ ਹੈਡੌਕ ਵਾਸਤੇ ਆਫਰ ਕਰਦੀ ਹੈ ਉਸ ਟਾਈਮ ਦੇ ਹਿਸਾਬ ਨਾਲ ਸਾਰੇ ਮੁਲਾਜ਼ਮ ਕੱਚੇ ਮੁਲਾਜ਼ਮ ਦੇ ਹਿਸਾਬ ਨਾਲ ਉਹ ਖੁਸ਼ ਵੀ ਬਹੁਤ ਹੁੰਦੇ ਨੇ ਉਦੋਂ ਵੀ ਪਾਰਟੀਆਂ ਕਰਦੇ ਨੇ ਘਰੇ ਵੀ ਮਠਾਈ ਬਣਦੀ ਹੈ ਕਿ ਅਸੀਂ ਚਲੋ ਜੀ ਨੌਕਰੀ ਕਿਸੇ ਪੱਖੇ ਤਾਂ ਲੱਗ ਰਹੀਆਂ ਮਾਪਿਓ ਵੀ ਖੁਸ਼ ਤੇ ਉਹ ਮੁਲਾਜ਼ਮ ਵੀ ਖੁਸ਼ ਉਦੋਂ ਕੱਚੇ ਪੱਕੇ ਦੀ ਗੱਲ ਨਹੀਂ ਹੁੰਦੀ ਉਦੋਂ ਆਪਣੇ ਆਪ ਨੂੰ ਬੜਾ ਸੁਭਾਗਾ ਮਹਿਸੂਸ ਕਰਦਾ ਕਿ ਚੱਲ ਕੱਚਾ ਹੀ ਸਹੀ ਸਮਾਂ ਲੰਘਦਾ ਹੈ 6 ਸਾਲ 10 ਸਾਲ ਬਾਅਦ ਖਲਾਕ ਕਿ ਉਹਨਾਂ ਦਾ ਉਹ ਰਿਵਾਈਵ ਵੀ ਹੁੰਦਾ ਰਹਿੰਦਾ ਹੈ ਕੰਟਰੈਕਟ ਪੀਰੀਅਡ ਰਿਵਾਈਵ ਹੁੰਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹੀ ਜਿਹੜੇ ਕੱਚੇ ਨੇ ਉਹੀ ਹੜਤਾਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਪੱਕੇ ਵੀ ਕਰੋ ਮਜਬੂਰ ਕਰਨਾ ਉਦੋਂ ਮਜਬੂਰ ਹੋ ਜਾਂਦੀ ਹੈ ਫਿਰ ਸਰਕਾਰ ਕਿ ਜਦੋਂ ਕੱਚੇ ਮੁਲਾਜ਼ਮ ਰੱਖੇ ਜਾਂਦੇ ਨੇ ਸਰਕਾਰ ਕੋਈ ਇਹੋ ਜਿਹਾ ਕੋਈ ਕਲੋਜ਼ ਤਾਂ ਨਹੀਂ ਪਾਉਂਦੀ ਕਿ ਹਾਂਜੀ ਇੰਨੇ ਸਾਲਾਂ ਬਾਅਦ ਤੁਹਾਨੂੰ ਪੱਕੇ ਕਰਨਾ ਹੀ ਕਰਨਾ ਸਾਡੀ ਮਤਲਬ ਜ਼ਰੂਰੀ ਹੋ ਜਾਏਗਾ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਇੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਵੀ ਉਹ ਐਕਸਪੋਜ਼ਰ ਦੇਣ ਲਈ ਕਿਤੇ ਨਾ ਕਿਤੇ ਰੋਕਦੇ ਹੋ ਅੱਜ ਵੀ ਜੇ ਸਰਕਾਰ ਕਿਉਂਕਿ ਦੋਨੋਂ ਪੱਖ ਦੇਖਣੇ ਪੈਣਗੇ ਜ਼ਰੂਰੀ ਨਹੀਂ ਕਿ ਹਰ ਵਾਰੀ ਸਿਰਫ ਸਰਕਾਰਾਂ ਦੇ ਉਂਗਲਾਂ ਚੱਕੀਆਂ ਜਾਣ ਕਈ ਵਾਰੀ ਇਹੋ ਜਿਹੀਆਂ ਵੀ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਹ ਇੰਡੀਪੈਂਡੈਂਟ ਉਹ ਸਪੇਸ ਦੇਣੀ ਪਵੇਗੀ ਤਾਂ ਕਿ ਉਹ ਆਪਣੇ ਫੈਸਲੇ ਉਸ ਤਰੀਕੇ ਨਾਲ ਕਰ ਸਕਣ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਆ ਕੇ ਮਜਬੂਰ ਹੋ ਜਾਂਦੀ ਹੈ ਸਰਕਾਰ ਦੇਖੋ ਸਰੇਂਦਰ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਸਮਾਜ ਜਾਂ ਦੇਸ਼ ਦੇ ਲੋਕ ਸਰਕਾਰ ਕਿਉਂ ਬਣਾਉਂਦੇ ਨੇ ਹੂੰ ਇਸੇ ਲਈ ਬਣਾਉਂਦੇ ਨੇ ਨਾ ਕਿ ਉਹ ਸਮਾਜ ਦੇ ਲੋਕਾਂ ਨੂੰ ਬਿਹਤਰ ਜੀਵਨ ਦੇ ਜੇ ਸਰਕਾਰ ਨਾ ਹੋਵੇ ਹਰ ਕਿਸੇ ਨੇ ਆਪੇ ਹੀ ਕਮਾ ਕੇ ਆਪੇ ਹੀ ਮਾਰ ਕੇ ਖਾਣਾ ਹੋਵੇ ਤਾਂ ਮੇਰੇ ਖਿਆਲ ਨਾਲ ਜਿਸ ਤਰੀਕੇ ਨਾਲ ਸਾਡੀ ਸਰਕਾਰ ਨੇ ਠੇਕੇਦਾਰਾਂ ਦੇ ਅੱਗੇ ਲੋਕ ਛੁੱਟੇ ਹੋਏ ਆ ਉਸ ਨਾਲੋਂ ਲੋਕ ਬਿਹਤਰ ਹੀ ਖਾਣਗੇ ਠੀਕ ਹੈ ਨਾ ਜਦੋਂ ਆਪਣੀ ਹਿੰਮਤ ਨਾਲ ਆਪਣੇ ਜੋਰ ਨਾਲ ਕਮਾਣਗੇ ਤੇ ਆਪਣੇ ਹਿਸਾਬ ਨਾਲ ਖਾਣਗੇ ਜੇ ਸਰਕਾਰ ਨਾ ਹੋਵੇ ਤਾਂ ਜਿਸ ਤਰੀਕੇ ਨਾਲ ਠੇਕੇਦਾਰ ਲੋਕਾਂ ਨੂੰ ਲੁੱਟਦੇ ਆਂ ਦਬਾ ਕੇ ਰੱਖਦੇ ਆਂ ਸਿਰਫ ਹੈਂਡ ਟੂ ਮਾਊਥ ਰੱਖਦੇ ਆਂ ਤਾਂ ਸਰਕਾਰ ਦੀ ਅਣ ਹੋਣ ਦੇ ਵੇਲੇ ਲੋਕ ਇਸ ਨਾਲੋਂ ਬਿਹਤਰ ਖਾਣਗੇ ਇਹ ਤਾਂ ਸਰਕਾਰ ਨੇ ਐਸਾ ਕੁਝ ਬੇਈਮਾਨ ਲੋਕ ਜਿਹੜੇ ਆਂ ਸਰਕਾਰ ਤੇ ਕਾਬੂਜ ਹੋ ਗਏ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਗਏ ਔਰ ਤੁਸੀਂ ਦੇਖੋ ਕਿ ਉਹੀ ਹਸਪਤਾਲ ਹੁੰਦੇ ਹਨ ਉਹੀ ਸਰਕਾਰੀ ਦਫਤਰ ਹੁੰਦੇ ਹਨ ਜਿੱਥੇ ਅੱਜ ਤੋਂ 30 35 ਸਾਲ ਪਹਿਲਾਂ ਉਹੀ ਕੰਮ ਸਰਕਾਰੀ ਮੁਲਾਜ਼ਮ ਕਰਦੇ ਹੁੰਦੇ ਸੀ ਪੱਕੇ ਮੁਲਾਜ਼ਮ ਕਰਦੇ ਹੁੰਦੇ ਸੀ ਜਿਨ੍ਹਾਂ ਦੀ ਅੱਜ ਜੇ ਆਪਾਂ ਪੈਨਸ਼ਨ ਵੀ ਦੇਖੀਏ ਤਾਂ 40 40 50 50 ਹਜ਼ਾਰ ਰੁਪਏ ਹੈਗੀ ਹੈ ਬਿਲਕੁਲ ਔਰ ਇੱਥੇ ਜਿਹੜੇ ਅੱਜ ਦੀ ਡੇਟ 'ਚ ਉਹ ਕੰਮ ਕਰ ਰਹੇ ਹਨ ਉਹਨਾਂ ਦੀ ਤਨਖਾਹ 10000 ਵੀ ਨਹੀਂ ਹੈ ਸੋ ਇਹ ਬੇਸਿਕਲੀ ਇੱਕ ਸਾਜ਼ਿਸ਼ ਹੈਗੀ ਹੈ ਜਿਸ ਦੇ ਤਹਿਤ ਸਮਾਜ ਨੂੰ ਦਬਾ ਕੇ ਰੱਖਿਆ ਜਾ ਰਿਹਾ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦਾ ਮਿਹਨਤ ਆਨਾ ਨਹੀਂ ਦਿੱਤਾ ਜਾ ਰਿਹਾ ਔਰ ਅਸੀਂ ਇਸ ਸਾਜ਼ਿਸ਼ ਖਤਮ ਕਰਾਂਗੇ ਤਾਂ ਹੀ ਅਸੀਂ ਇਹ ਕਹਿੰਦੇ ਆ ਕਿ ਅਸੀਂ ਪੱਕੀਆਂ ਨੌਕਰੀਆਂ ਦੇਾਂਗੇ ਰੈਗੂਲਰ ਕਰਾਂਗੇ ਕਿਉਂਕਿ ਤੁਸੀਂ ਦੇਖੋ ਕਿ ਇਹ ਜਿਹੜੇ ਬੇਈਮਾਨ ਲੀਡਰ ਉੱਪਰ ਬਹਿ ਜਾਂਦੇ ਨੇ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਇਹ ਪੂੰਜੀਪਤੀਆਂ ਲਈ ਤਾਂ ਇਹਨਾਂ ਦੇ ਖਜ਼ਾਨਿਆਂ ਦਾ ਮੂੰਹ ਹਮੇਸ਼ਾ ਖੁੱਲੇ ਰਹਿੰਦੇ ਨੇ ਮੋਦੀ ਨੇ ਪਿਛਲੇ 5 ਸਾਲਾਂ ਵਿੱਚ 10 ਲੱਖ ਕਰੋੜ ਰੁਪਏ ਮਾਫ ਕਰਤਾ ਪੂੰਜੀ ਪੱਤੀਆਂ ਦਾ ਤੁਸੀਂ ਅਸੀਂ ਜੇ ਆਪਣੇ ਲੋਨ ਦੀ ਕਿਸ਼ਤ ਨਾ ਦਈਏ ਤਾਂ ਤੀਜੀ ਕਿਸ਼ਤ ਤੋਂ ਬਾਅਦ ਬੈਂਕ ਘਰ ਆ ਜਾਂਦਾ ਹੈ ਪੁਲਿਸ ਨੂੰ ਲੈ ਕੇ ਘਰ ਵਿਕਣੇ ਤੇ ਆ ਜਾਂਦਾ ਇਹਨਾਂ ਦੇ ਕਿਉਂ ਨਹੀਂ ਵਿਕਦੇ ਜੀ ਬਿਲਕੁਲ ਸੋ ਇਹ ਬੇਸਿਕਲੀ ਆਪਾਂ ਨੂੰ ਸਮਝਣਾ ਪਵੇਗਾ ਕਿ ਜਿਹੜੇ ਲੋਕ ਕੱਚੇ ਮੁਲਾਜ਼ਮ ਆਪਣੇ ਹੱਕ ਮੰਗਦੇ ਨੇ ਜਾਂ ਕਹਿੰਦੇ ਨੇ ਸਾਨੂੰ ਪੱਕਾ ਕਰੋ ਉਹ ਗਲਤ ਨਹੀਂ ਨੇ ਉਹਨਾਂ ਨੂੰ ਵੀ ਇੱਕ ਇੱਜ਼ਤਦਾਰ ਜ਼ਿੰਦਗੀ ਜੀਣ ਦਾ ਹੱਕ ਹੈਗਾ ਚੰਗੀ ਰੋਟੀ ਖਾਣ ਦਾ ਹੱਕ ਹੈ ਚੰਗੇ ਕੱਪੜੇ ਪਾਣ ਦਾ ਹੱਕ ਹੈ ਚੰਗੇ ਘਰ ਵਿੱਚ ਰਹਿਣ ਦਾ ਹੱਕ ਹੈ ਚੰਗੀ ਕਾਰ ਖਰੀਦਣ ਦਾ ਹੱਕ ਹੈ ਏਸੀ ਹੀਟਰ ਗੀਜ਼ਰ ਘਰ ਵਿੱਚ ਲਗਾਉਣ ਦਾ ਹੱਕ ਹੈ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜਾਉਣ ਦਾ ਹੱਕ ਹੈਗਾ ਕਿਉਂ ਉਹਨਾਂ ਨੂੰ ਇਹ ਹੱਕ ਨਾ ਮਿਲੇ ਸੋ ਇਹ ਬੇਸਿਕਲੀ ਦੇਖੋ ਮੈਂ ਬੇਨਤੀ ਕਰਾਂਗਾ ਸਾਨੂੰ ਆਪਣੀ ਸੋਚ ਬਦਲਨੀ ਪਵੇਗੀ ਆ ਆਪਣਾ ਜਿਹਨੂੰ ਕਹਿੰਦੇ ਨੇ ਪੈਰਾਡਾਈਮ ਸ਼ਿਫਟ ਇੱਕ ਨਜ਼ਰੀਆ ਬਦਲਣਾ ਪਵੇਗਾ ਕਿ ਸਹੀ ਕੀ ਹੈ ਔਰ ਗਲਤ ਕੀ ਹੈ ਔਰ ਇਹ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਇੱਕ ਬਿਲਕੁਲ ਸਹੀ ਆਪਣਾ ਹੱਕ ਮੰਗਦੇ ਨੇ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਖੜੀ ਹੈ ਔਰ ਅਸੀਂ ਹਰ ਖੀਲਾ ਕਰਕੇ ਇਹਨਾਂ ਨੂੰ ਪੱਕੀਆਂ ਨੌਕਰੀਆਂ ਦੇਵਾਂਗੇ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੇ ਆਊਟਸੋਰਸਿੰਗ ਦਾ ਕੰਮ ਹੈਗਾ ਜਾਂ ਤਾਂ ਇਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਏ ਜਾਂ ਇਹਨੂੰ ਘੱਟ ਤੋਂ ਘੱਟ ਕੀਤਾ ਜਾਏ ਤਾਂ ਕਿ ਲੋਕਾਂ ਨੂੰ ਇੱਕ ਇੱਜ਼ਤਦਾਰ ਜ਼ਿੰਦਗੀ ਜੀਣ ਦਾ ਮੌਕਾ ਮਿਲੇ ਜੀ ਮੋਤਰ ਜੀ ਜਾਂਦੇ ਜਾਂਦੇ ਜੀਰਾ ਸ਼ਰਾਬ ਫੈਕਟਰੀ ਵਾਲੇ ਕੀ ਸੋਚਦੇ ਹੋ ਤੁਸੀਂ ਕਿਉਂਕਿ ਉੱਥੇ ਜਿਸ ਤਰੀਕੇ ਨਾਲ ਪਿਛਲੇ 72 ਘੰਟਿਆਂ ਦੇ ਅੰਦਰ ਜੋ ਬਦਲਾਅ ਆਏ ਨੇ ਸਥਿਤੀ ਦੇ ਵਿੱਚ ਪਹਿਲਾਂ ਸਾਰਾ ਕੁਝ ਸਹੀ ਸੀ ਢਾਲੀਵਾਲ ਜੀ ਵੀ ਉੱਥੇ ਜਾਂਦੇ ਨੇ ਉੱਥੇ ਮਹੀਨੇ ਦਾ ਵਾਅਦਾ ਵੀ ਕਰਕੇ ਆਉਂਦੇ ਨੇ ਸਾਰਾ ਕੁਝ ਹੁੰਦਾ ਪਰ ਅਗਲੇ ਦਿਨੀ ਪੁਲਿਸ ਦੀ ਜਿਸ ਤਰੀਕੇ ਨਾਲ ਕਾਰਵਾਈ ਹੁੰਦੀ ਹੈ ਕਿਸਾਨਾਂ ਦੇ ਵਿੱਚ ਰੋਸ ਆ ਜਾਂਦਾ ਫਿਰ ਸਗੋਂ ਉਸ ਤੋਂ ਬਾਅਦ ਸਗੋਂ ਉੱਥੇ ਹੋਰ ਜ਼ਿਆਦਾ ਤਦਾਦ ਚੁਗਰਾਹਾ ਗਰੁੱਪ ਉੱਥੇ ਨਾਲ ਜੁੜ ਜਾਂਦਾ 2000 ਹੋਰ ਉੱਥੇ ਕਿਸਾਨ ਪਹੁੰਚ ਜਾਂਦੇ ਨੇ ਚੰਗਾ ਉੱਥੇ ਹੁਣ ਇਸ ਟਾਈਮ ਚੰਗੀ ਸੰਗਤ ਉੱਥੇ ਬੈਠਣੀ ਸ਼ੁਰੂ ਹੋ ਗਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਕੀ ਵਾਕਈ ਤੌਰ ਤੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਨੇ ਜਿਹੜੀ ਉਹ ਕਾਰਵਾਈ ਕੀਤੀ ਉਹ ਨਹੀਂ ਕਰਨੀ ਚਾਹੀਦੀ ਸੀ ਇਹਨੂੰ ਕਿਵੇਂ ਦੇਖਦੇ ਹੋ ਦੇਖੋ सुरेंद्र ਜੀ ਪੁਲਿਸ ਨੇ ਮੌਕੇ ਤੇ ਜੋ ਕਾਰਵਾਈ ਕੀਤੀ ਉਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਲੋਕਲੀ ਉਹਨਾਂ ਨੇ ਜੋ ਫੈਸਲਾ ਲੈਣਾ ਸੀ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਹ ਲਿੱਤਾ ਹੈਗਾ ਪਾ ਜਿੱਥੇ ਤੱਕ ਸਿਧਾਂਤਾਂ ਦਾ ਸਵਾਲ ਹੈਗਾ ਅਸੀਂ ਲੋਕਾਂ ਦੇ ਨਾਲ ਖੜੇ ਆ ਕਿਸਾਨਾਂ ਦੇ ਨਾਲ ਖੜੇ ਆ ਕਿ ਉਹਨਾਂ ਨੂੰ ਜੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਉਹ ਨਜਾਇਜ਼ ਹੈਗੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਸੀ ਉਹਨਾਂ ਨੂੰ ਪਹਿਲਾਂ ਹੀ ਰੋਕਿਆ ਜਾਣਾ ਚਾਹੀਦਾ ਸੀਗਾ ਸੋ ਸਾਡੀ ਸਰਕਾਰ ਹਰ ਹੀਲਾ ਕਰਕੇ ਉਹਨਾਂ ਦੀ ਇਹ ਇੰਨਾ ਸਮੱਸਿਆਵਾਂ ਦਾ ਹੱਲ ਲੱਭੇਗੀ ਔਰ ਛੇਤੀ ਹੀ ਉਸ ਨੂੰ ਅਸੀਂ ਲਾਗੂ ਕਰਾਂਗੇ ਕਿਉਂਕਿ ਬਲੋਤਰਾ ਜੀ ਜਿਸ ਤਰੀਕੇ ਨਾਲ ਮੈਂ ਕਿਸਾਨਾਂ ਆ ਗੂ ਵੀ ਉਹਨਾਂ ਨਾਲ ਗੱਲ ਕੀਤੀ ਜਿਹੜੇ ਉੱਥੇ ਬੈਠੇ ਉਹ ਹੁਣ ਟੱਕਰਾ ਕਿੱਥੇ ਹੋਇਆ ਵੈ ਸਰਕਾਰ ਵਿਚਲਾ ਰਾਹ ਲੱਭਣਾ ਚਾਹਦੀ ਹੈ ਤੇ ਬਣਦਾ ਵੀ ਹੈ ਪਰ ਉੱਥੇ ਕਿਸਾਨ ਵਿਚਲਾ ਰਾਹ ਦੇ ਕੇ ਨਹੀਂ ਰਾਜੀ ਕੀ ਫੈਕਟਰੀ ਬੰਦ ਹੋਏਗੀ ਤਾਂ ਹੀ ਅਸੀਂ ਉੱਠਾਂਗੇ ਉਸ ਦਾ ਕੋਈ ਹੋਰ ਕੋਈ ਨਵਾਂ ਹੱਲ ਹੀ ਨਹੀਂ ਹਾਲਾਂਕਿ ਮੇਰਾ ਸਵਾਲ ਉਹਨਾਂ ਨੇ ਵੀ ਸੀ ਕਿ ਮੰਨ ਲਓ ਕਿਉਂਕਿ ਜਿਹੜਾ ਪਾਣੀ ਉੱਥੇ ਗੰਦਾ ਗੰਦਲਾ ਪਾਣੀ ਆਪਾਂ ਮੰਨ ਲੈਂਦੇ ਆ ਵੀ ਗੰਦਲਾ ਪਾਣੀ ਹੋਇਆ ਉਹਨੂੰ ਹੋਣ ਚ ਵੀ ਸਮਾਂ ਲੱਗਿਆ ਜੇ ਅੱਜ ਫੈਕਟਰੀ ਉੱਥੇ ਇਹੋ ਜੇ ਸਿਸਟਮ ਬਣਾ ਦਿੰਦੀ ਹੈ ਮੰਨ ਲਓ ਐਸਟੀਪੀ ਪਲੈਂਟ ਕੋਈ ਵੀ ਇਸ ਤਰੀਕੇ ਨਾਲ ਲਾ ਦਿੰਦੀ ਹੈ ਕਿ ਮੇਰਾ ਪਾਣੀ ਥੱਲੇ ਨਹੀਂ ਜਾਊਗਾ ਯਕੀਨੀ ਕਰਾ ਦਿੰਦੀ ਹੈ ਤੇ ਕਿਸਾਨਾਂ ਨੂੰ ਵੀ ਯਕੀਨ ਹੋ ਜਾਂਦੇ ਨੇ ਚਲੋ ਫੈਕਟਰੀ ਵੀ ਜੇ ਬੰਦ ਹੋ ਜਾਂਦੀ ਹੈ ਇਹ ਵੀ ਮੰਨਣਾ ਪਏਗਾ ਇਹ ਤਾਂ ਹੈ ਨਹੀਂ ਕਿ ਰਾਤੋਂ ਰਾਤ ਤੇ ਪਾਣੀ ਸਾਫ਼ ਆਣਾ ਸ਼ੁਰੂ ਹੋ ਜੂ ਉਹਨੂੰ ਸਾਫ਼ ਆਣ ਦੇ ਵਿੱਚ ਵੀ ਫੇਰ ਸਮਾਂ ਲੱਗੂਗਾ 6 ਮਹੀਨੇ ਸਾਲ ਤਾਂ ਇਸੇ ਤਰੀਕੇ ਨਾਲ ਰਹਿਣਾ ਪਏਗਾ ਕੀ ਵਿਚਲਾ ਹੱਲ ਇਹ ਨਹੀਂ ਨਿਕਲ ਸਕਦਾ ਕਿ ਫੈਕਟਰੀ ਕਵੇ ਕਿ ਮੈਂ ਹੋਰ ਆਪਣੇ ਆਪ ਨੂੰ ਮੋਡੀਫਾਈ ਕਰ ਲੈਣੀ ਹੈ ਜਿਹੜੀ ਤੁਹਾਨੂੰ ਕੰਪਲੇਂਟਸ ਨੇ ਉਸ ਉਸ ਨੂੰ ਵੀ ਉਸ ਸਭ ਨਾਲ ਮੈਂ ਆਪਣਾ ਪਲਾਨਟ ਬਣਾ ਲੈਣੀ ਹੈ ਜਿਸ ਜੋ ਵੀ ਮਤਲਬ ਉਹਨੂੰ ਇਕੁਪਮੈਂਟਸ ਲੈਣੇ ਪੈਣ ਇਸ ਬਾਬਤ ਵੀ ਕਿਸਾਨਾਂ ਨੂੰ ਕਹਿੰਦੇ ਨਹੀਂ ਜੀ ਫੈਕਟਰੀ ਬੰਦ ਕਰਾਣੀ ਹੈ ਹੁਣ ਉਸ ਨੂੰ ਕਿਸ ਤਰੀਕੇ ਨਾਲ ਦੇਖੋਗੇ ਕਿਉਂਕਿ ਵਿਚਲਾ ਰਾਹ ਤਾਂ ਛੱਡ ਹੀ ਨਹੀਂ ਰਹੇ ਤੇ ਜੇ ਫੈਕਟਰੀ ਬੰਦ ਹੁੰਦੀ ਹੈ ਤਾਂ ਇਹ ਵੀ ਆਪਾਂ ਨੂੰ ਦੇਖਣਾ ਪਏਗਾ ਵੀ ਉਧਰ ਇੰਡਸਟਰੀਸਟ ਹੈ ਉਹਨੇ ਵੀ ਪੈਸੇ ਲਾਏ ਹੋਏ ਨੇ ਉਹਨਾਂ ਦਾ ਵੀ ਬਹੁਤ ਕੁਝ ਉੱਥੇ ਲੱਗਿਆ ਹੋਇਆ ਹੈ ਆਲਰੇਡੀ ਉਧਰ ਵੀ ਨੁਕਸਾਨ ਹੈ ਕਿਉਂਕਿ ਦੋਨੋਂ ਤੜਾ ਦੇਖਣੀ ਹੈ ਪੈਣੀ ਹੈ ਸਰਕਾਰ ਨੂੰ ਇੱਕ ਪਾਸੇ ਨਹੀਂ ਦੋਨੋਂ ਤੜਾ ਦੇਖਣੀ ਹੈ ਜੇ ਉਧਰ ਹਾਈ ਕੋਰਟ ਬੈਠਾ ਹੈ ਤਾਂ ਫੈਕਟਰੀ ਇਹ ਤਾਂ ਹੈ ਨਹੀਂ ਵੀ ਸਰਕਾਰ ਕਹੇਗੀ ਫੈਕਟਰੀ ਬੰਦ ਕਰ ਦੇ ਤੋ ਕਰ ਦੇਗਾ ਹੁੰਦੇ ਕੋਲ ਵੀ ਕੋਰਟ ਦਾ ਰਾਹ ਹੈ ਕਿਸਾਨਾਂ ਕੋਲ ਵੀ ਜਿਵੇਂ ਕੋਰਟ ਦਾ ਰਾਹ ਹੈ ਅੱਜ ਹਾਈ ਕੋਰਟ ਉਹਦੇ ਨਾਲ ਖੜੀ ਹੈ ਕੱਲ ਨੂੰ ਉਹਨੇ ਅਪੀਲ ਕਰਨੀ ਹੈ ਤਾਂ ਸੁਪਰੀਮ ਕੋਰਟ ਉਹਦੇ ਕੋਲ ਤਾਂ ਬਹੁਤ ਮਹਿੰਗੇ ਵਕੀਲ ਵੀ ਨੇ ਉਹ ਵੀ ਉੱਥੇ ਖੜੇ ਨੇ ਸੁਪਰੀਮ ਕੋਰਟ ਵੀ ਉਹਦੇ ਨਾਲ ਹੋ ਸਕਦਾ ਕਿਉਂਕਿ ਤੱਥਾਂ ਨੇ ਜਿਹੜਾ ਕੋਰਟ ਹੈ ਉਹਨੇ ਜਜ਼ਬਾਤਾਂ ਦੇ ਆਧਾਰ ਤੇ ਤਾਂ ਨਹੀਂ ਫੈਸਲਾ ਲੈਣਾ ਉਹਨਾਂ ਨੇ ਤਾਂ ਤੱਥਾਂ ਦੇ ਆਧਾਰ ਤੇ ਜੋ ਫੈਸਲਾ ਲਿੱਤਾ ਐ ਇਸ ਟਾਈਮ ਜੋ ਸਬੂਤ ਨਹੀਂ ਹੁੰਦਾ ਫੈਕਟਰੀ ਵਾਲੇ ਪੱਖ ਬੋਲਦੇ ਨੇ ਜੀ ਦੇਖੋ ਸੁਰੇਂਦਰ ਜੀ ਕੋਈ ਵੀ ਇੰਡਸਟਰੀ ਐ ਠੀਕ ਐ ਉਹਨਾਂ ਨੂੰ ਬਿਜ਼ਨਸ ਕਰਨ ਦਾ ਹੱਕ ਹੈਗਾ ਕਮਾਈ ਕਰਨ ਦਾ ਹੱਕ ਹੈਗਾ ਲੇਕਿਨ ਜਿੱਥੇ ਸਮਾਜ ਦੀ ਸਿਹਤ ਤੇ ਬਣਾਵੇ ਸਮਾਜ ਦੀ ਸਿਹਤ ਨੂੰ ਨੁਕਸਾਨ ਹੋਵੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋਵੇ ਉਹਨਾਂ ਦੀ ਜ਼ਿੰਦਗੀ ਤੇ ਖਤਰਾ ਆ ਜਾਏ ਤਾਂ ਫਿਰ ਮੇਰੇ ਖਿਆਲ ਨਾਲ ਉਹ ਇੰਡਸਟਰੀ ਜਿਹੜੀ ਆ ਉਹ ਜਸਟੀਫਾਈਡ ਨਹੀਂ ਰਹਿ ਜਾਂਦੀ ਖੈਰ ਇਹ ਫੈਸਲਾ ਜਿਹੜਾ ਹੈਗਾ ਇਹ ਸਰਕਾਰ ਦੇ ਜਿਹੜੇ ਐਕਸਪਰਟਸ ਨੇ ਜਿਹੜੇ ਮੀਡੀਏਟਰਸ ਨੇ ਉਹਨਾਂ ਨੇ ਮਿਲ ਕੇ ਕਿਸਾਨਾਂ ਕਿਸਾਨਾਂ ਨੂੰ ਵੀ ਨਾਲ ਲੈ ਕੇ ਤੇ ਇੰਡਸਟਰੀ ਦਾ ਪੱਖ ਵੀ ਦੇਖ ਕੇ ਉਹ ਫੈਸਲਾ ਲੈਣਾ ਹੈਗਾ ਅਜੇ ਦੇਖਦੇ ਆ ਕੀ ਫੈਸਲਾ ਆਉਂਦਾ ਹੈਗਾ ਪਰ ਕਿਸਾਨ ਵੀ ਜਿਹੜੇ ਨੇ ਆਪਣੀ ਜਗ੍ਹਾ ਸਹੀ ਨੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਹੈ, ਪਾਣੀ ਗੰਦਲਾ ਹੋ ਰਿਹਾ ਹੈ, ਜਿਹੜੇ ਉੱਥੇ ਦੇ ਆਸ-ਪਾਸ ਜੀਵ-ਜੰਤੂ ਨੇ ਜਿਹੜੀ ਇਕੋਲੋਜੀ ਹੈਗੀ ਹੈ, ਉਹ ਜਿਹੜੀ ਇਹ ਖਰਾਬ ਹੋ ਰਹੀ ਹੈ, ਇੱਕ ਲੌਂਗ ਟਰਮ ਡੈਮੇਜ ਉਹਨੂੰ ਹੋ ਰਿਹਾ ਹੈਗਾ। ਸੋ ਉਸ ਨੂੰ ਦੇਖਦੇ ਹੋਏ ਸਰਕਾਰ ਜਿਹੜੀ ਹੈ ਹਰ ਪੱਖ ਨੂੰ ਦੇਖਦੇ ਹੋਏ ਇਸ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਔਰ ਮੇਰੇ ਖਿਆਲ ਨਾਲ ਕੁਝ ਐਸਾ ਹੱਲ ਜ਼ਰੂਰ ਨਿਕਲੇਗਾ ਜਿਸ ਦੇ ਨਾਲ ਸਾਡੇ ਕਿਸਾਨ ਭਰਾ ਵੀ ਸੈਟੀਸਫਾਈ ਹੋਣਗੇ। ਜੀ। ਬਿਲਕੁਲ ਮਲੋਤਰਾ ਜੀ ਤੁਸੀਂ ਅੱਜ ਸਾਡੇ ਨਾਲ ਜੁੜੇ ਬੜੇ अहम ਮੁੱਦਿਆਂ ਤੇ ਆਪਣੀ ਟਿੱਪਣੀ ਰੱਖਣੀ ਬਹੁਤ ਬਹੁਤ ਧੰਨਵਾਦ ਸਰ ਸਟੇਟ ਸੋ ਏ ਸੀ ਆਰ ਪੀ ਐਸ ਮਲੋਤਰਾ ਆਮ ਆਦੀ ਪਾਰਟੀ ਦੇ ਆਗੂ ਸਮਾਦੋ ਬਣਦਾ ਵੀ ਹੈ ਕਿ ਦੂਜਿਆਂ ਨੂੰ 10 10 ਸਾਲ 5 5 ਸਾਲ ਦੇ ਦਿੱਤੇ ਨਤੀਜਾ ਤੁਹਾਡੇ ਸਾਹਮਣੇ ਹੈ ਤੇ ਸਾਡੇ ਹਲੇ 8 ਮਹੀਨੇ ਹੋਏ ਨੇ ਤੇ 4 ਸਾਲਕ ਦਾ ਦੇਣਾ ਬਣਦਾ ਵੀ ਹੈ ਚਲੋ 4 ਮਹੀਨੇ ਹੋਰ ਤੇ ਉਧਰ ਸ਼ਰਾਬ ਫੈਕਟਰੀ ਬਾਰੇ ਵੀ ਉਹਨਾਂ ਨੇ ਕਿਹਾ ਕਿ ਵਿਚਲਾ ਹੱਲ ਨਿਕਲੇਗਾ ਤੇ ਉਮੀਦ ਜਤਾਈ ਹੈ ਕਿ ਜਲਦੀ ਕਿਸਾਨ ਭਰਾ ਵੀ संतुष्ट हो के चीज़ा धरने तो जल्दी उठ जाएंगे तो खैर ए सी आज का नजरिया कल फिर मिला किसी होर नवी खबर ते नज़र लैके नजरिया बिना तद तक दो मेनू इजाजत सत श्रीकाल